बिस्मिल्लाहिर्रहमानिर्रहीम। अस्सलाम वालेकुम। क्या हाल मेरे बहन भाइयों? अलहमदुलिल्लाह असी ठीक हाँ। उम्मीद है कि तुसी ठीक हो। सो माशाल्लाह जेड़ना असा काफ़ी अगे नालू लोकेशन अच्छी कर दीती है। बारिश तो पिछे सारी भी घर की सफाई शुरू कर दीती है। काफ़ी जेड़ना प्यारे प्यारे फुल भी बन चुके हैं, नाल गड़े भी छोटे छोटे बनान। एक इधले पासू बनाया तो एक बनाया उधले पासू, काफ़ी प्यारे लग रहे हैं। तो मैं दे लैनी हूँ झाड़ू पानी, जेड़ना मैं छिड़किया। पानी छिड़कण नाल गट्टा नहीं उड़दा। बिस्मिल्लाहिर्रहमानिर्रहीम। अस्सलाम वालेकुम। क्या हाल मेरे बहन भाइयों? अलहमदुल्ला अस ठीक है। उम्मीद है कि तुम ठीक हो। सो अज असी कीड़ा काम करना, अपने प्यारे वीवरां नू नाल नाल शेयर की हमने। ये जी अमरूद का बूटा तुसी चेक करो, सो बड़ा VIP और खूबसूरत लग रहा है। छोटे छोटे दे पत्ते भी हरे हरे निकल चुकन। और चलने भाई सलीम अल। भाई सलीम की कर रहे हैं? भाई सलीम की कर रहे हो? ਅਤੇ ਬਾਕੀ ਜਿਹੜੀ ਥੋੜ੍ਹੀ ਜਿਹੀ ਦਵਾਈ ਬਚੀ ਆਈ ਨਾ, ਅਸੀਂ ਜਿਹੜਾ ਆਪਣੀਆਂ ਵੱਲਾਂ ਨੂੰ ਕੀਤਾ ਸੀ ਨਾ, ਉਹ ਮੈਂ ਬਚਾ ਕੇ ਲਿਆਂਦੀ ਆਈ ਇੱਥੇ। ਅਸੀਂ ਆਪਣੀਆਂ ਜਿਹੜੀ ਵੱਲਾਂ ਘਰ ਦੇ ਵਿੱਚ ਬੀਜੀ ਜਾਂਦਾ, ਉਹਨਾਂ ਨੂੰ ਅਸੀਂ ਸਪਰੇ ਕਰਦੇ ਸਾਂ। ਅਤੇ ਬਾਈ ਸਲੀਮ ਰਿਹਾ ਸਪਰੇ ਕਰ, ਅਤੇ ਬਾਕੀ ਵੱਲਾਂ ਕਾਫੀ ਜਿਹੜੀ ਨਾ ਖੂਬਸੂਰਤ ਹੋਈਆਂ ਖਲੀਆਂ। ਸਪਰੇ ਕਰਨਾ ਤਾਂ ਫਿਰ ਇਹ ਜਿਹੜਾ ਅੱਗਾਂ ਤਾਕਤ 'ਚ ਹੋ ਜਾ ਸਕਣ। ਅਤੇ ਇੱਥੋਂ ਜਿਹੜੀ ਵੱਲੀ ਲਾ ਕੇ ਨਾ ਅੱਬੂ ਅਸੀਂ ਅਗਲੀ ਕਾਨੇ ਰੱਖ ਕੇ ਅੱਗਾਂ ਅਸੀਂ ਸਾਈਡ ਵਾਲੇ ਕਿਚਨ ਵਾਲੇ ਟੋਰ ਦਿੱਤੇ ਹੁਣ, ਵੀ ਕਿਚਨ ਵਾਲੇ ਟੋਰ ਜਾ ਸਕਣ। ਉੱਤਾਂ ਵੈਸੇ ਮਾਰ ਤਾਂ ਕਰ ਰਹੀਆਂ, ਥੋੜ੍ਹੀਆਂ ਕਰ ਰਹੀਆਂ। ਅਤੇ ਬਾਕੀ ਬਾਈ ਸਲੀਮ ਚੰਗੀ ਤਰ੍ਹਾਂ ਸਪਰੇਅ ਕਰਿਆ, ਬਿਨਾਂ ਨੂੰ ਅੱਛੀ ਤਰ੍ਹਾਂ ਧੋ ਪਜਾਵੇ, ਜਿਹੜਾ ਉਹਨਾਂ ਦੇ ਉੱਤੇ ਤੇਲ ਆਏ ਨਾ ਜਾਂ ਉਹ ਮਰ ਜਾਵੇ। ਹੇਠ ਹੇਠ ਵੀ ਕਰੋ ਇੱਥੋਂ। ਇਹ ਠੱਗਾ ਹੀ ਲਾਇਆ ਉਹ। ਮਾਣੀ ਦਾ ਜਿਹੜਾ ਬੱਚੇ ਦੁੱਧ ਪੀਵਣ ਲੱਗ ਗਏ। ਆਸਤੇ ਆਸਤੇ ਅਸੀਂ ਦੁੱਧ ਤੇ ਇਹਨਾਂ ਨੂੰ ਹਿਲਾ ਦਿੱਤਾ ਹੈ। ਪਹਿਲੇ ਤਾਂ ਕੋਈ ਨਾ ਪੀਂਦੇ, ਹੁਣ ਜਿਹੜਾ ਆਸਤੇ ਆਸਤੇ ਪੀਵਣ ਲੱਗ ਗਏ। ਜਿਸ ਟਾਈਮ ਇਹਨਾਂ ਨੂੰ ਭੁੱਖ ਲੱਗਦੀ ਹੈ ਨਾ, ਉਸ ਵੇਲੇ ਦੁੱਧ ਪੀਂਦੇ ਨੇ। ਅਤੇ ਇਸੇ ਤਰ੍ਹਾਂ ਵੀ ਅਸਾਂ ਦਿਹਾੜੀ ਦੇ ਵਿੱਚੋਂ 5 ਵਾਰੀ ਦੁੱਧ ਪੀਂਦੇ ਹਾਂ, ਵੀ ਇਹ ਬੱਚੇ ਨਾ ਸਾਂਭ ਜਾਵਣ। ਅਤੇ ਦੁੱਧ ਜਿਹੜਾ ਆਸਤਾ ਆਸਤਾ ਪੀ ਰਹੇ ਹਾਂ, ਮੱਠਾ ਮੱਠਾ ਅਤੇ ਸਾਹ ਕੱਢ ਕੇ ਦੁੱਧ ਪੀਂਦੇ ਨੇ। ਛੋਟੇ ਛੋਟੇ ਬੱਚੇ ਜੋ ਹਨ, ਅਤੇ ਇੱਕ ਜਿਹੜਾ ਨਾ ਰਲਕਿਆ ਜਾਂਦਾ, ਦੂਸਰਾ ਵੀ ਆਉਂਦੇ ਮਗੇ ਰਹੇ।
ਸਾਰਾ ਕੰਮ ਕਰਕੇ ਹੋ ਚੁੱਕਿਆ ਹੈ। ਵਿਹਲੇ ਬੱਚਿਆਂ ਨੂੰ ਪਾਣੀ ਵੀ ਦੁੱਧ ਵੀ ਪਿਵਾ ਦਿੱਤਾ ਹੈ ਅਤੇ ਪਾਣੀ ਵੀ ਪਿਵਾ ਦਿੱਤਾ ਅਤੇ ਅਸੀਂ ਜਾ ਰਹੇ ਹਾਂ ਕਿਸੇ ਕੰਮ 'ਤੇ। ਸਲੀਮ ਤਾਂ ਵਧਾ ਗਾਰ ਅਤੇ ਸਲੀਮ ਦਾ ਅੱਬੂ ਕੀ ਹੋਇਆ ਹੈ ਸਬਜ਼ੀ ਨੂੰ ਸਪਰੇ ਕਰਨੇ, ਕਿਉਂਕਿ ਉਹ ਸਪਰੇ ਜਿਹੜਾ ਚੌਥੇ ਪੰਜਵੇਂ ਦੇ ਸਪਰੇ ਲਾਜ਼ਮੀ ਕਰਨਾ ਪੈਂਦਾ ਵੀ ਤੇਲ ਵਗੈਰਾ ਸਬਜ਼ੀ ਨੂੰ ਲੱਗ ਜਾਂਦਾ ਹੈ। ਅਤੇ ਬੱਗੀ 'ਤੇ ਮੈਂ ਜਾ ਰਿਹਾ ਹਾਂ ਕੰਮ, ਜੇ ਉਹ ਸਾਡਾ ਕੰਮ ਹੋ ਗਿਆ ਆਪਦੇ ਭੈਣਾਂ ਭਰਾਵਾਂ ਨੂੰ ਸ਼ੇਅਰ ਕਰਸਾਂ। ਅਤੇ ਪਹਿਲੇ ਤਾਂ ਪੀ ਲੈਣ ਪਾਣੀ, ਗਰਮੀ ਜਿਹੜਾ ਬਹੁਤ ਜ਼ਿਆਦਾ ਗਰਮੀ ਹੈ। ਉਹ ਕਿਹੜਾ ਕੰਮ ਕਰਨਾ ਹੈ ਤੁਸੀਂ ਮੇਰੇ ਵਾਰ ਪਿਆਰੇ ਵੀ ਵਾਰ ਦੁਆ ਜ਼ਰੂਰ ਕਰਨੀ ਹੈ। ਅਤੇ ਬਾਕੀ ਇਹ ਅੰਮੀ ਜਿਹੜੇ ਗਿਲਾਸ ਪਾਣੀ ਪੀ ਰਹੀ ਹੈ, ਇਹ ਅੰਮੀ ਦੱਸਣਾ ਕਿ ਇਹ ਕਿੱਦਾਂ ਦਾ ਗਿਲਾਸ ਹੈ, ਕਿਉਂਕਿ ਅੰਮੀ ਦਾ ਪਰ ਛੱਤੀ ਦਾ ਗਿਲਾਸ ਪਿਆਈ ਅੱਜ ਮੈਂ ਲਾ ਕੇ ਔਰ ਚੰਗੀ ਤਰ੍ਹਾਂ ਧੋ ਕੇ ਅਤੇ ਅੰਮੀ ਨੂੰ ਅੱਜ ਮੈਂ ਪਾਣੀ। ਪਹਿਲੇ ਵੀ ਬਰਤਨ ਮੈਂ ਸਾਰੇ ਵੀ ਧੋ ਕੇ ਰੱਖੇ ਹੋਏ ਹਨ ਸੁਫੀਲ 'ਤੇ ਜੋੜ ਕੇ, ਅਤੇ ਇਹ ਗਿਲਾਸ ਕਾਫੀ ਦਿਨਾਂ ਦਾ ਪਿਆ ਹੈ ਕਿਉਂਕਿ ਇਹ ਸੈੱਟ ਲਿਆ ਹੀ ਨਾ ਪੂਰਾ, ਅਤੇ 5 ਗਿਲਾਸ ਤਰੋਟ ਗਏ, ਬਾਕੀ ਹੇ ਕਰਾਏ ਗਿਆ। ਅਤੇ ਹੁਣ ਅਸੀਂ ਪੀ ਲੈਂਦੇ ਹਾਂ ਪਾਣੀ, ਕਿਉਂਕਿ ਗਰਮੀ ਜਿਹੜਾ ਬਹੁਤ ਜ਼ਿਆਦਾ। ਅਤੇ ਬਾਕੀ ਜਿਹੜਾ ਸਾਡਾ ਕੋਠਾ ਹੈ ਨਾ, ਅੱਗੇ ਤਾਂ ਥੋੜ੍ਹਾ ਵਿੱਚੋਂ ਖਰਾਬ ਹੋ ਗਿਆ, ਬਾਕੀ ਅੱਬੂ ਦਾ ਕੀਤਾ ਹੈ ਪੇਂਟ, ਹੁਣ ਬੜਾ ਖੂਬਸੂਰਤ ਲੱਗ ਰਿਹਾ। ਅਤੇ ਇਹਦੇ ਵਿੱਚ ਅਸੀਂ ਆਖਿਆ ਵੀ ਹੁਣ ਰੰਗ ਨਹੀਂ ਕਰਨੇ, ਬਾਕੀ ਜਿਹੜਾ ਸਾਡਾ ਤੰਦੂਰ ਹੈ ਨਾ ਇਹਨੂੰ ਵੀ ਅੱਬੂ ਪੇਂਟ ਕਰ ਦਿੱਤਾ ਹੈ, ਸਾਦਾ ਪੇਂਟ, ਫੁੱਲ ਨਹੀਂ ਬਣੇ। ਅਤੇ ਬਾਕੀ ਇਡਲੀ ਸਾਈਡ ਸਾਦਾ ਪੋਚਾ ਕਰ ਦਿੱਤਾ, ਅਸੀਂ ਆਖਿਆ ਉੱਤੇ ਰੰਗ ਨਹੀਂ ਮਰੇ। ਜਿਸ ਟਾਈਮ ਬਾਰਿਸ਼ ਆਉਂਦੀ ਹੈ ਨਾ ਥੋੜ੍ਹਾ ਜਿਹਾ ਬੁਰਾ ਲੱਗਣ ਲੱਗ ਜਾਂਦਾ ਹੈ, ਬਈ ਇਸ ਤਰ੍ਹਾਂ ਥੋੜ੍ਹੀ ਥੋੜ੍ਹੀ ਵੀ ਰੰਗ ਖਾਲੀ ਹੋਣੀ ਚਾਹੀਦੀ। ਬਾਕੀ ਸਾਡਾ ਕੋਠਾ ਐਡਾ ਕੱਚਾ ਜਿਹੜਾ ਕੋਠਾ ਨਾ ਬਹੁਤ ਬੁਰਾ ਲੱਗਦਾ ਹੈਗਾ, ਅਤੇ ਬਾਕੀ ਤੁਹਾਨੂੰ ਅਸੀਂ ਵਿਖਾਈਂਦੇ ਨਹੀਂ ਹੈ। ਅਤੇ ਬਾਕੀ ਪਾਣੀ ਪੀਂਦੇ ਹਾਂ, ਭਾਈ ਸਲੀਮ ਪਾਣੀ ਪਾਓ। ਗਰਮੀ ਹੈ ਨਾ ਅਤੇ ਗਰਮੀ ਦੀ ਵਜ੍ਹਾ ਤੋਂ ਅਸੀਂ ਜਲਦੀ ਲਿਪਾਈ ਨਹੀਂ ਕਰ ਸਕਦੇ, ਅਤੇ ਗਰਮੀ ਦੇ ਵਿੱਚ ਕੰਮ ਨਹੀਂ ਆਉਂਦਾ। ਅਤੇ ਥੋੜ੍ਹਾ ਥੋੜ੍ਹਾ ਆਸਤੇ ਆਸਤੇ ਅਸੀਂ ਜਿਹੜਾ ਕੰਮ ਹਲੂ ਹਲੂ ਕਰਿੰਦੇ ਹਾਂ ਸਾਂ, ਅਤੇ ਨਾਲ ਜਿਹੜਾ ਅਸੀਂ ਬੱਚੇ ਅੰਦਰ ਛੱਡਿਆ ਮਾਣੀ ਦੇ, ਉਹ ਬੋਲ ਰਹੇ ਹਨ, ਕਾਫੀ ਆਵਾਜ਼ ਦੇ ਰਹੇ ਅਤੇ ਬਾਹਰ ਨਿਕਲਦੇ ਹਾਂ। ਹਾਂ, ਅਤੇ ਇਹਨਾਂ ਦੀ ਇਹਨਾਂ ਨੂੰ ਹੁਣ ਸਾਡੀ ਬਸ ਸੋਏ ਨਾ ਤਾਂ ਪਰੂ, ਇਹ ਸਾਡੀ ਆਵਾਜ਼ ਸੁਣ ਕੇ ਅਤੇ ਬਾਹਰ ਆ ਗਿਆ, ਅਤੇ ਦੂਆ ਹੀ ਪਿੱਛੂ ਮਾਣੀ ਦਾ ਬੱਚਾ ਆਉਂਦਾ ਪਿਆ। ਅਤੇ ਇਹਦੀ ਅੰਮੀ ਜੁਦਾ ਹੋ ਜਾਵੇ ਨਾ, ਅਤੇ ਅੰਮੀ ਦੀ ਯਾਦ ਤਾਂ ਆਉਂਦੀ ਹੈ ਨਾ, ਭਾਵੇਂ ਦੁੱਧ ਵੀ ਅਸੀਂ ਪਿਵਾਈਨੇ ਹਾਂ ਪਾਣੀ ਪਿਵਾਈਨੇ ਹਾਂ, ਅਤੇ ਇਹਨਾਂ ਨੂੰ ਬੜੀ ਮਾਂ ਦੀ ਯਾਦ ਰਹਿੰਦੀ ਹੈ। ਪਿਆਰਾ ਲੱਗਾ ਮੌਸਮ? ਹਾਂਜੀ, ਮੌਸਮ ਕਾਫੀ ਪਿਆਰਾ, ਅਤੇ ਅਸੀਂ ਚਾਈ ਵਧੇ ਹਾਂ ਦਾਤਰੀ, ਅਸੀਂ ਵੜਨੀ ਹੈ ਡਿੱਬ। ਅਸੀਂ ਆਖਿਆ ਡਿੱਬ ਵੜ ਕੇ ਖੁਸ਼ਕ ਹੋਣ ਵਾਸਤੇ ਸਾਟੇ ਆਉਂਦੇ ਹਾਂ ਵੀ ਅਸੀਂ ਬਣਾਉਣੇ ਸਬਜ਼ੀ ਦੇ ਵਿੱਚ ਸ਼ੈੱਡ ਵੀ ਬਣਾਉਣਾ, ਜਿਹੜਾ ਅਸੀਂ ਘਰ ਵਿੱਚ ਪਾਇਆ ਨਾ ਕਾਫੀ ਵੱਡਾ ਛੱਪਰ, ਉਹ ਜਿਹਾ ਸ਼ੈੱਡ ਤਿਆਰ ਕਰਨਾ। ਅਤੇ ਮੈਂ ਵੇਖ ਰਹੀ ਹਾਂ ਲੱਕੜੀ, ਲੱਕੜੀ 'ਤੇ ਤਾਂ ਮੈਂ ਬੇਈਮਾਨ ਹੋਈ ਖਲੀ ਹਾਂ ਵੀ ਲੱਕੜੀ ਕਾਫੀ ਵੱਡੀਆਂ ਵੱਡੀਆਂ ਲੱਕੜੀ ਨੂੰ ਆਪਾਂ ਲੱਕੜੀ ਨਾਲ ਬੰਨਦੇ ਬਣੇ ਜਿਹੜੇ ਤੁਸੀਂ ਆ ਗਏ ਨਹੀਂ, ਬੰਦਾ ਪੋਛ ਕੇ ਵਾੜ ਲੈਂਦਾ ਨਾ। ਹਾਂਜੀ, ਅਤੇ ਲੱਕੜੀ ਦਾਤਰੀ ਦੇ ਨਾਲ ਹੀ ਸਹੀ ਤਰ੍ਹਾਂ ਕਟਾਈ ਹੁੰਦੀ ਹੈ, ਬੰਦਾ ਇਸ ਤਰ੍ਹਾਂ ਕਟਾਈ ਕਰਕੇ ਸੱਟ ਜਾਵੇ ਨਾ, ਤਾਂ ਤੰਦੂਰੀ ਵਾਸਤੇ ਇਹ ਲੱਕੜੀ ਜ਼ਬਰਦਸਤ ਹੁੰਦੀ ਹੈ, ਜ਼ਬਰਦਸਤ ਹੁੰਦੀ ਹੈ। ਔਰ ਤੰਦੂਰੀ ਨਾਲ ਦੇ ਨਾਲ ਤਪਦੀ ਵੀ ਅੰਮੀ ਸਹੀ ਹੈ, ਬਰੀਕ ਲੱਕੜੀ ਹੁੰਦੀ ਹੈ ਨਾ, ਤੰਦੂਰੀ ਸਹੀ ਵੀ ਤਪਦੀ ਹੈ, ਤਾਂ ਲੱਕੜੀ ਬਣਾਉਣੀ ਹੀ ਪੈਂਦੀ ਹੈ। ਪੋਛ ਕੇ ਆਪਾਂ ਲੱਕੜੀ ਨੂੰ ਪੱਟੀਏ ਆ ਕੇ ਜੂ, ਲੱਕੜੀ ਆਪਣੇ ਕੋਲ ਖਤਮ ਹੋ ਗਈਆਂ ਕਾਫੀ ਜ਼ਿਆਦਾ। ਮੇਰੇ ਵਾਰ ਤੁਸੀਂ ਵੇਖ ਰਹੇ ਹੋ ਕਾਫੀ ਜ਼ਿਆਦਾ ਲੱਕੜੀ ਖਰੀਦ ਬੜੀਆਂ ਵੱਡੀਆਂ ਵੱਡੀਆਂ ਹੋ ਚੁੱਕੀਆਂ, ਔਰ ਇਹ ਤੰਦੂਰ ਦੇ ਲੈਕ ਦੀ ਵੀ ਹਨ ਔਰ ਸਾਲਾਂ ਦੇ ਵੀ ਲੈਕ ਦੀ ਵੀ ਹਨ, ਬਜੰਦਾ ਇਹਦੇ ਵਿੱਚ ਚੁੱਲ੍ਹੇ ਲੈ ਇਹਦੇ ਵਿੱਚ ਇਹਦੇ ਨਾਲ ਕੰਡੇ ਵੀ ਨਹੀਂ ਆਉਂਦੇ। ਹਾਂਜੀ, ਅਤੇ ਇਹ ਲੱਕੜੀ ਸਹੀ ਆਉਂਦੀਆਂ। ਹਾਂਜੀ, ਅਤੇ ਹੁਣ ਅੱਗੇ ਚੱਲੀਏ ਬੱਗੀ, ਜਿੱਥੋਂ ਆਪਾਂ ਡਿੱਬ ਵੜਨੀ ਹੈ ਨਾ। ਹਾਂਜੀ, ਉੱਥੋਂ ਚੱਲ ਕੇ ਡਿੱਬ ਦਾ ਹੀ ਪਤਾ ਕਰੀਏ, ਅਤੇ
ਲੱਕੜੀ ਵੀ ਕਾਫੀ ਜ਼ਿਆਦਾ ਹੈ। ਹਾਂਜੀ ਆ ਚਲੋ ਜਾਓ। ਹੁਣ ਅਸੀਂ ਚੱਲਦੇ ਪਏ ਅੱਗਾਂ ਅਤੇ ਬਾਕੀ ਜਿਹੜੇ ਨਾ ਮੈਂ ਚਲਾਈ ਆਇਆ ਜੀ ਮੋਟਰਸਾਈਕਲ, ਤਾਂ ਮੋਟਰਸਾਈਕਲ ਤਾਂ ਤੁਹਾਨੂੰ ਪਤਾ ਹੈ ਕਿ ਕਾਫੀ ਅੱਗੂ ਹਵਾ ਤਾਂ ਲੱਗਦੀ ਹੈ ਅਤੇ ਵਾਲ ਤਾਂ ਤੁਹਾਨੂੰ ਪਤਾ ਹੈ ਕਿ ਖਰਾਬ ਗੁੰਜਰੀ ਮਨੇ ਔਰ ਖਰਾਬ ਹੋਮਨੇ। ਅਤੇ ਅਮੀ ਮੈਂ ਤੁਹਾਨੂੰ ਇੱਕ ਹੋਰ ਦੱਸਾਂ, ਹਾਂਜੀ ਇੱਥੋਂ ਕਾ ਇਹ ਟਰਾਲੀ ਆਈ ਹੈ ਜਾਂ ਟਰੈਕਟਰ ਆਇਆ ਹੈ ਉਹ ਇੱਥੇ ਮਿਲਣ ਲੱਗ ਗਿਆ ਫਸ, ਅਤੇ ਉਹਨਾਂ ਲੋਕਾਂ ਵਿੱਚ ਲੱਕੜੀ ਪਾਟ ਪਾਟ ਕੇ ਅੱਗੂ ਸਟੇਂਦੇ ਵੱਤ ਨੂੰ ਲੱਕੜੀ ਗਈ ਜੀ ਖੁਸ਼ਕੋ, ਅਤੇ ਤੁਸੀਂ ਚੱਕ ਲਓ ਜਿਹੜੀ ਥੱਬੀ ਆਪਾਂ ਚੁੱਕਣੀ ਹੈ। ਚਲੋ ਤੁਹਾਨੂੰ ਉਹ ਤਾਂ ਤਪਦਾ ਨਹੀਂ ਨਿਕਲਦੀ। ਹਾਂਜੀ ਇਹਦੇ ਮੇਰੇ ਵਾਰ ਤੁਸੀਂ ਵੇਖ ਰਹੇ ਸੋ ਕਾਫੀ ਲੱਕੜੀ ਪਈਆਂ, ਇਹ ਤੁਸੀਂ ਲੱਕੜੀ ਚੈੱਕ। ਪੂਰੀ ਹੋਈਆਂ ਨਾ? ਹਾਂਜੀ ਲੱਕੜੀ ਪੂਰੀ ਹੋਈ ਹੈ ਔਰ ਆਪਣੇ ਕਿਸੇ ਕੰਮ ਦੀ ਪਤਾ ਹੀ ਕਿਉਂ ਨਹੀਂ ਇਹ ਹਿੱਟ ਤੇ ਗਈ ਹੈ। ਲੱਕੜੀ ਵੀ ਤਾਂ ਆਪਾਂ ਲਈ ਚੱਲੀ ਆ, ਬਾਕੀ ਆਪਣੇ ਕੋਲ ਕੋਈ ਚੀਜ਼ ਨਹੀਂ ਨਾ ਬਣਨ ਦੀ ਵੀ ਨਹੀਂ ਬਣਨ ਵਾਸਤੇ, ਤੇ ਆਪਾਂ ਇੰਜ ਕਰਨੇ ਆ ਇੱਕ ਚੀਜ਼ ਹੋਰ ਹੈ, ਥੋੜੀ ਜਿਹੀ ਆਪਾਂ ਵਾੜ ਲੈਨੇ ਆ ਸਾਰ ਜਾਂ ਡੇਬ ਉਹਦੀ ਖਬੜੀ ਵਾੜ ਤੇ ਬਾਲ ਲਈ ਸਾਂ, ਬਾਕੀ ਆਪਾਂ ਲੱਕੜੀ ਚੁਗਦੇ ਵੀ ਆ। ਚਲੋ ਕੋਈ ਤਾਂ ਥੱਬੀ ਬਣਦੀ ਹੈ ਇਹ ਇਹ ਵਾਲੀਆਂ। ਹਾਂਜੀ ਇਤਨੀ ਇਤਨੀ ਚੁੱਗੀ ਹਮਨੇ, ਬਾਕੀ ਇਹ ਲੱਕੜੀ ਚੋਣ ਥੱਬੀ ਸਾਰੇ ਪੀਤੇ ਲੋ, ਤੁਹਾਡਾ ਸ਼ਾਮ ਦਾ ਤੰਦੂਰ ਤਾਂ ਤਪਦਾ। ਹਾਂਜੀ ਤੰਦੂਰ ਸ਼ਾਮ ਦਾ ਹੋ ਜਾਸੀ। ਤੇ ਬਾਕੀ ਮੇਰੇ ਵਾਰ ਜਿਹੜੀ ਅੰਬੂ ਮੋਟੀਆਂ ਲੱਕੜੀ ਲੈ ਆਉਂਦਾ ਨਾ ਉਹ ਤੰਦੂਰ ਦੇ ਲੈ ਕੇ ਨਹੀਂ ਆਉਂਦੀ ਹੈ, ਕਿਉਂਕਿ ਤੰਦੂਰ ਜਾਂਦਾ ਜ਼ਿਆਦਾ ਤਾਪ ਤੇ ਔਰ ਰੋਟੀਆਂ ਜਿਹੜੀਆਂ ਨਾ ਹਨਮੀ ਡਵਣ ਹੋ ਜਾਂਦੀਆਂ। ਹਾਂਜੀ ਸੜਣੀ ਹੋ ਜਾਂਦੀਆਂ, ਡਵਣੀ ਹੋ ਜਾਂਦੀਆਂ ਤੇ ਬਰੀਕ ਲੱਕੜ ਨਾਲ ਜਲਦੀ ਤੰਦੂਰ ਤਪ ਜਾਂਦਾ। ਤੇ ਬਾਕੀ ਦੇ ਤੁਸੀਂ ਚੈੱਕ ਕਰ ਸੋ, ਬੜਾ ਪਿਆਰਾ ਔਰ ਖੂਬਸੂਰਤ ਮੌਸਮ ਬਣਿਆ ਹੋਇਆ ਔਰ ਗਰਮੀ ਕਾਫੀ ਜ਼ਿਆਦਾ ਹੈ ਔਰ ਚੀਲਾ ਖਾਲਾ ਦੇ ਵੀ ਤੁਸੀਂ ਚੈੱਕ ਕਰ ਸੋ ਨਿਕਲੇ ਹੋਇਆ। ਤੇ ਬਾਕੀ ਮੈਂ ਇਸ ਤਰ੍ਹਾਂ ਮਾਲੂਮ ਹੋ ਰਿਹਾ ਕਿ ਕਿਸ ਤਰ੍ਹਾਂ ਥਲ ਦਾ ਇਲਾਕਾ ਹੈ, ਹਾਂਜੀ ਰੇਤਲਾ। ਹਾਂਜੀ ਹੈ ਵੀ ਥਲ ਦਾ, ਹਾਂਜੀ ਕੋਈ ਕੋਈ ਲਈ ਹੈ ਕੋਈ ਕੋਈ, ਤੇ ਕਾਫੀ ਅੱਛੀ ਜਗ੍ਹਾ ਖੁੱਲੀ ਹੈ। ਤੇ ਹੁਣ ਅਸੀਂ ਅੱਗੇ ਚੱਲਦੇ ਪਏ ਹਾਂ ਜੀ ਜਿੱਥੇ ਅਸੀਂ ਡਿੱਬ ਵੱਢਣੀ ਵੀ ਹੈ ਔਰ ਅਸੀਂ ਚੈੱਕ ਵੀ ਕਰਨੀ। ਅਸੀਂ ਪਹੁੰਚ ਚੁੱਕੇ ਹਾਂ ਜਿੱਥੋਂ ਅਸੀਂ ਡਿੱਬ ਵੱਢਣੀ ਆਈ, ਤੇ ਪੂਰੇ ਹਥਿਆਰ ਨਾਲ ਅਸੀਂ ਆ ਚੁੱਕੇ ਹਾਂ, ਕਿਉਂਕਿ ਅੰਮੀ ਲਈ ਵਧੀਏ ਆਪਣੀ ਦਾਤਰੀ, ਕਿਉਂਕਿ ਉਹਨੂੰ ਅਸੀਂ ਸਜਾ ਦਿੰਦੇ ਹੁੰਦੇ ਹਾਂ ਹਥਿਆਰ ਦਾਤਰੀ। ਤੇ ਬਾਕੀ ਅੰਮੀ ਵੱਢਣੀ ਹੈ ਜੀ ਡਿੱਬ, ਤੇ ਫਿਰ ਮੈਂ ਵੜੇ ਸਾਂ ਕੁਝ ਅੰਮੀ ਵੜੇ ਸੀ, ਤੇ ਅਸੀਂ ਅੱਜ ਵੇਖਣ ਵੀ ਆਇਆ ਸੀ ਔਰ ਚੈੱਕ ਵੀ ਕਰਨ ਆਇਆ ਸੀ। ਡਿੱਬ ਚੌਖੀ ਵੱਡੀ ਹੋ ਚੁੱਕੀ ਹੈ ਤੇ ਚੌਖੀ ਉਹ ਚੁੱਕ ਕਿਤਨੀ ਹੈ ਖਾਲੀ ਹੈ, ਤੇ ਅਸੀਂ ਆ ਕੇ ਚਲੋ ਆਪਣੇ ਸ਼ੈਡ ਵਾਸਤੇ ਵਾਢੇ ਆਪਣੇ ਵੜੇ ਤਾਂ ਨਹੀਂ ਆ ਚੈੱਕ ਕਰ ਰਹੇ ਆਪਣੇ। ਤੇ ਬਾਕੀ ਅੰਮੀ ਔਰ ਇਧਰਲੀ ਸਾਈਡ ਤੇ ਆ ਚੁੱਕੇ, ਤੇ ਮੈਂ ਜਿਹੜਾ ਨਾ ਕਟਾਈ ਕਰ ਲੈਂਦੀ ਹਾਂ ਡਿੱਬ ਜਿਹੜਾ ਸੀ ਆਖਿਆ ਇਹਨਾਂ ਵੀ ਸਾਨੂੰ ਜ਼ਰੂਰੀ ਕੰਮ ਹੈ, ਉਹ ਕੰਮ ਸਾਡਾ ਇਹ ਵਾਲਾ ਹੈ ਵੀ ਅਸੀਂ ਵੜਣੀ ਆਈ ਡਿੱਬ ਨਾਲ ਵੇਖਣੀ ਵੀ ਆਈ ਵੀ ਸ਼ੈੱਡ ਅਸੀਂ ਤਿਆਰ ਕਰਨਾ, ਤੇ ਇਹ ਲੱਭਦੀ ਹੈ ਦਰਿਆ ਸਾਈਡ ਲੈ ਕਾਫੀ ਜ਼ਿਆਦਾ ਲੱਭਦੀ ਹੈ ਨਾ, ਤੇ ਇਹ ਖਲੀ ਤੱਬੋ ਜ਼ਿਆਦਾ ਹੈ ਪਾਣੀ ਦੇ ਵਿੱਚ, ਤੇ ਵੱਢਣੀ ਪੰਸੀ ਸਾਨੂੰ ਵੀ ਹੁਣ ਜ਼ਰੂਰਤ ਹੈ ਸਾਨੂੰ। ਤੇ ਮੈਂ ਜਿਹੜਾ ਚੈੱਕ ਕਰੋ ਨਾ ਪਹਿਲੇ ਮੁੜ ਬਾਅਦ ਮੈਂ ਵੜੇ ਸਾਂ, ਤੇ ਕੁਛ ਮੈਂ ਕਟਾਈ ਕਰੇਨੀ ਤੇ ਕੁਛ ਕਟਾਈ ਕਰੇ ਸੀ ਬੱਗੀ, ਇਤਨੀ ਔਖੀ ਤਾਂ ਨਹੀਂ ਵਡੀਂਦੀ ਇਹ, ਬੜੀ ਸੌਖੀ ਵਡੀਂਦੀ, ਸਹੀ ਵਡੀ ਰਹੀ ਹੈ। ਹਾਂਜੀ ਤੇ ਇੱਕ ਇੱਕ ਬੂਟਾ ਕਰਕੇ ਜਿਹੜਾ ਵੱਢਣਾ ਪੈਂਦਾ ਹੈ ਇਹਨੂੰ ਮੈਂ ਰੱਖੀ ਹੁੰਦੀ ਹਾਂ ਸਾਈਡ ਤੇ ਮੂੰਹੇ ਬਣਾ ਤੇ। ਬਾਕੀ ਇਸ ਸਾਈਡ ਤੁਹਾਨੂੰ ਪਤਾ ਹੈ ਕਿ ਸਾਰਾ ਪਾਣੀ ਖਾਲਾ ਮੈਂ ਵਾਰ ਰਿਹਾ ਪਾਣੀ ਦੇ ਵਿੱਚ, ਮੈਂ ਛੋਟਾ ਛੋਟਾ ਪਾਣੀ ਇਹਨਾਂ, ਮੈਂ ਕਿਹਾ ਚਲੋ ਪੈਰ ਵੀ ਕੋਈ ਠੰਡੇ ਹੋ ਜਾ ਸਿਰ, ਗਰਮੀ ਤੁਹਾਨੂੰ ਪਤਾ ਕਿ ਕਾਫੀ ਜ਼ਿਆਦਾ ਪਾਏ ਰਹੀ ਹੈ। ਇਸਲੀ ਸਾਈਡ ਤੇ ਅੰਮੀ ਹੋਰੀ ਨਾਲ ਨਾਲ ਵਾੜ ਰਹਿਣ, ਅੰਮੀ ਸਹੀ ਵੜੀ ਰਹੀ ਹੈ, ਸਹੀ ਵੜੀ ਰਹੀ ਹੈ। ਹਾਂਜੀ ਤੇ ਬਾਕੀ ਇੱਥੋਂ ਜਿਹੜਾ ਮਾਹੌਲ ਬੜਾ ਪਿਆਰਾ ਹੈ ਅੰਮੀ, ਹੈ ਨਾ ਅੰਮੀ, ਔਰ ਉੱਪਰ ਉੱਡੇ ਮਾਹੌਲ ਹੀ ਬੜਾ ਪਿਆਰਾ ਤੇ ਲੱਕੜੀ ਵੀ ਜ਼ਰੂਰੀ ਆਪਾਂ ਵੜਣੀ ਹੈ। ਹਾਂਜੀ ਹੁਣ ਇਹ ਕਿ ਸਵੇਰ ਕਿਸੇ ਦੇ ਨਾ ਕਿ ਸਬਜ਼ੀ ਦੀ ਗੋਡੀ ਮੁੱਕ ਜਾਂਦੀ ਹੈ ਨਾ, ਹਾਂਜੀ ਗੋਡੀ ਤੇ ਬੋੜ ਅਸੀਂ ਆ ਕੇ ਲੱਕੜੀ ਵੀ ਵੜਣੀ ਹੈ, ਗੋਡੀ ਸਾਡੀ ਕਾਫੀ ਰਹੇਗੀ, ਨਾਲੇ ਉੱਤੋਂ ਸਾਡੇ ਕੰਮ ਵੀ ਕਾਫੀ ਜ਼ਿਆਦਾ ਚਾੜਿਆ ਨੇ, ਉਹ ਕਿਹੜੇ ਕਿਹੜੇ ਕੰਮ ਹਨ, ਸਾਡੇ ਸਪਰੇਅ ਵੀ ਆ ਚੁੱਕੇ ਨੇ, ਕਿਉਂਕਿ ਥੋੜ੍ਹੀ ਥੋੜ੍ਹੀ ਜਿਹੜੇ ਨਾ ਉਹਨਾਂ ਨੂੰ ਤੇਲਾ ਲੱਗਦਾ ਪਿਆ, ਤੇਲਾ ਜਿਹੜਾ ਜ਼ਿਆਦਾਤਰ ਤੇਲਾਂ 'ਤੇ ਹੁੰਦਾ ਹੈ। ਅਤੇ ਬਾਕੀ ਉਹ ਅੱਬੂ ਹੋਰੀ ਅੱਜ ਕਰ ਰਹੇ ਨੇ ਸਪਰੇਅ ਦੂ, ਮਾਸ਼ਾਅੱਲਾ ਬੜਾ ਪਿਆਰਾ ਔਰ ਖੂਬਸੂਰਤ ਮੌਸਮ ਵੀ ਬਣਿਆ ਹੋਇਆ, ਅਤੇ ਇਸ ਸਾਈਡ ਮੈਂ ਬੜੇ ਹੋਇਆ ਜੀ ਵਿੱਚ, ਤੁਸੀਂ ਚੈੱਕ ਕਰੋ ਸੋ ਠੰਡਾ ਠੰਡਾ ਪਾਣੀ।
ਸਾਰੀ ਵੀ ਤੁਸੀਂ ਵੇਖ ਰਹੇ ਹੋ, ਸਾਰੀ ਵੀ ਇਸ ਛਾੜ ਦੇ ਚਫੇਰ ਖਲੀਏ ਡਿੱਬ, ਇਸ ਡਿੱਬ ਦੀ ਸਾਨੂੰ ਬਹੁਤ ਹੀ ਜ਼ਿਆਦੀ ਲੋੜ ਹੈ। ਅੰਮੀ ਜਿਹੜੀ ਨਾ ਡਿੱਬ ਵੱਢ ਲਈ ਹੈ, ਔਰ ਅੰਮੀ ਉਹਦੀ ਥੱਕ ਵੀ ਗਏ ਕਿਉਂਕਿ ਕਾਫੀ ਜ਼ਿਆਦਾ ਗਰਮੀ ਹੈ। ਤੇ ਬਾਕੀ ਹੁਣ ਮੈਂ ਵੜੇਨਾ ਔਰ ਵੜੇਨਿਆ ਦੋ ਤਿੰਨ ਮੂੰਹ ਹੈ, ਤੇ ਬਾਕੀ ਪੜ੍ਹਨਾ ਬਸ ਮਿਲਾ ਅੱਗੇ ਅੰਮੀ ਔਰ ਪੜ੍ਹੀ, ਹੁਣ ਮੈਂ ਪੜ੍ਹਨਾ ਬਾਈ। ਚਲੋ ਵੜੇਨਿਆ, ਚਲੋ ਚੈੱਕ ਕਰਨੇ ਆ, ਤੇ ਮੈਂ ਵੜੇਂਦਾ ਪਿਆ। ਬਿਸਮਿਲ੍ਲਾ, ਜਲਦੀ 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 ਜਿਹੜਾ ਇੱਕ ਇੱਕ ਜਿਹੜਾ ਬੂਟਾ ਹੀ ਹੋ ਨਾ, ਉਹ ਵੀ ਇੱਕੋ ਇੱਕੋ ਮੋਟ ਦੇ ਵਿੱਚ ਚੰਮਦਾ ਹੈ। ਤੇ ਜੁੱਤੀ ਵੀ ਪਾ ਲਓ। ਜੁੱਤੀ ਮੈਂ ਹੁਣ ਉਹ ਨਿਕਲੇ ਨਾ ਇੱਥੇ ਤੱਲਾ ਥਾਂ ਪਰ, ਮੈਂ ਜੁੱਤੀ ਦੀ ਸਾਈਡ 'ਤੇ ਲਾ ਦਿੱਤੀ। ਅਤੇ ਅੰਮੀ ਹੋਰੀ ਕਿਹੜੀ ਵਜ੍ਹਾ ਤੋਂ ਆਖ ਰਹੇ ਵੀ ਜੁੱਤੀ ਪਾ ਲਓ, ਕੁਛ ਚੀਜ਼ ਲਾਲ ਨਾ ਜਾਵੇ ਇੱਥੇ, ਕਿਉਂਕਿ ਜ਼ਿਆਦਾ ਹੁੰਦੀ ਹੈ ਨਾ ਖਤਰਾ ਹੁੰਦਾ ਵਿੱਚ ਵਧੀ ਹੁੰਦੀ। ਖਤਰਾ ਨਹੀਂ ਆ, ਡੇਬ ਦੇ ਸੂਵੇ ਹੁੰਦੇ ਨੇ। ਹਾਂਜੀ, ਡੇਬ ਦੇ ਸੂਵੇ ਹੀ ਹੁੰਦੇ ਨੇ, ਲਾਗ ਨਾ ਜਾਵੇ। ਅਤੇ ਅੱਗੇ ਮੈਂ ਕੁਝ ਵਾਹ ਦੇ ਵਿੱਚ ਅੰਮੀ ਗੋਡੀ ਕਰ ਰਿਹਾ ਅਤੇ ਮੈਨੂੰ ਦੋ ਤਿੰਨ ਕੰਡੇ ਪਾਉਂ ਦੇ ਵਿੱਚ ਪੈਰ ਦੇ ਵਿੱਚ ਲੱਗ ਚੁੱਕੇ ਨੇ। ਅਤੇ ਅੰਮੀ ਡੇਬ ਤਾਂ ਬੜੀ ਸੌਖੀ ਹੈ ਵੱਢਣੀ, ਵੈਸੇ ਆਪਾਂ ਸਾਰੇ ਜਣੇ ਪੂਰੀ ਫੈਮਿਲੀ ਹੋਵੇ ਨਾ ਤੇ ਆਪਾਂ ਜਲਦੀ ਜਲਦੀ ਇੱਕ ਦਿਨ ਦੇ ਵਿੱਚ ਵੱਢ ਸਕਦੇ ਹਾਂ, ਆਪਾਂ ਦੋ ਕੁਝ ਇਤਨੀ ਨਹੀਂ ਵੜੀਂਦੀ। ਤੇ ਨਾਲ ਜਿਹੜਾ ਕਾਫੀ ਵੱਡੇ ਵੱਡੇ ਦਰਖਤ ਲੱਗੇ ਹਨ, ਇਹ ਝਾੜੀਆਂ ਕਾਫੀ ਜਿਹੜਾ ਪਿਆਰੀਆਂ ਪਿਆਰੀਆਂ ਹਰੀਆਂ ਹਰੀਆਂ ਲੱਗ ਰਹੀਆਂ। ਤੇ ਮੇਰੇ ਨਾਲ ਤੁਹਾਡੇ ਪਿਆਰੇ ਵਿਵਰਾਂ ਦੀ ਦੁਆ ਨਾਲ ਜਿਹੜੀ ਤਿਲਾਸ਼ ਜਿਹੀ ਹਾਸੇ ਨਾ ਡੇਬ ਤਾਂ ਗਈ ਸਾਨੂੰ ਮਿਲ। ਅਤੇ ਚਲੋ ਤੁਹਾਡੇ ਪਿਆਰੇ ਵੀਰਾਂ ਦੀ ਦੁਆ ਨਾਲ ਇਹ ਕੰਮ ਹੋ ਚੁੱਕਾ ਹੈ ਅਤੇ ਹੁਣ ਚੱਲਦੇ ਪਏ ਵਾਪਸੀ। ਤੁਹਾਨੂੰ ਪਤਾ ਕਿ ਕਾਫੀ ਪਸੀਨਾ ਵੀ ਲੈ ਚੁੱਕਾ ਹੈਗਾ, ਬਈ ਕੀਤਾ ਸਿਰਫ ਡੇਬ ਜਿਹੜਾ ਅਸੀਂ ਵਾਢ ਕੇ ਕੀਤੀ ਹੈ ਛੁੱਟੀ, ਅਤੇ ਹੁਣ ਅਸੀਂ ਜਾ ਰਹੇ ਹਾਂ ਵਾਪਸੀ ਘਰ। ਗਰਮੀ ਬਹੁਤ ਜ਼ਿਆਦਾ ਆਈ ਅਤੇ ਤਾਂ ਪਰ ਉੱਤੇ ਨਾਲ ਅਸੀਂ ਵਿਖਾ ਦਿੰਦੇ ਹਾਂ ਆਪਦੇ ਵੀਵਰਾਂ ਨੂੰ, ਆਪਦੇ ਭੈਣਾਂ ਭਰਾਵਾਂ ਨੂੰ ਤਿਲਾਂ ਦੀ ਫਸਲ ਕਿਸੀ ਪਿਆਰੀ ਪਿਆਰੀ ਹੈ। ਅਤੇ ਫਲ ਜਿਹੜਾ ਆਸਤੇ ਆਸਤੇ ਲੱਗਦਾ ਜਾਂਦਾ, ਨਾਲ ਫੁੱਲ ਵੀ ਨਾਲ ਲੱਗਦੇ ਜਾਂਦੇ ਹਨ। ਤਿਲ ਜਿਹੜਾ ਜ਼ਿਆਦਾ ਘੱਟ ਬੀਜੇ ਹਨ ਅਤੇ ਸਬਜ਼ ਸਬਜ਼ ਕਾਫੀ ਪਿਆਰੇ ਪਿਆਰੇ ਅੱਛੇ ਲੱਗ ਰਹੇ ਹਨ। ਅਤੇ ਬੱਗੀ ਸਹੀ ਹੈ ਫਸਲ, ਹਾਂਜੀ ਬੜੀ ਵਧੀਆ। ਅਸੀਂ ਤਾਂ ਨਹੀਂ ਬੀਜੀ ਹੋਈ, ਇਹ ਹਮਸਾਇਆਂ ਦੀ, ਹਮਸਾਇਆਂ ਦੀ ਨਹੀਂ ਇਹ ਕਿਸੇ ਦੀ, ਕਿਸੇ ਦੀ ਹੈ ਪਈ। ਤੇ ਅਸੀਂ ਆਖਿਆ ਆਪਦੇ ਭੈਣਾਂ ਭਰਾਵਾਂ ਨੂੰ ਸ਼ੇਅਰ ਕਰ ਦੇਈਏ ਤਿਲਾਂ ਦੀ ਫਸਲ ਕਿਹੜੀ ਪਿਆਰੀ ਹੋ ਚੁੱਕੀ। ਹਾਂਜੀ, ਪਿਛਲੀ ਸਾਈਡ ਤੇ ਬੀਜੀ ਹੋਈ ਹੈ ਜੀ ਜੁਆਰ। ਜੁਆਰ ਜਿਹੜਾ ਨਵਾਂ ਮੇਵਾ ਹੈ ਜਾਨਵਰਾਂ ਦਾ, ਤੇ ਹਨਾ ਮੀ। ਹਾਂਜੀ, ਬੱਗੀਆਂ ਨੂੰ ਸਪਰੇ ਹੁੰਦਾ? ਹਾਂਜੀ, ਇਹਨੂੰ ਤਾਂ ਸਪਰੇ ਹੋਣਾ, ਇਹਦੇ ਉੱਤੇ ਕਾਫੀ ਜ਼ਿਆਦਾ ਬਿਮਾਰੀ ਲੱਗ ਜਾਂਦੀ ਨਾ। ਹਾਂਜੀ, ਹਰ ਫਸਲ ਹੀ ਸਪਰੇ ਨਾਲ ਹੁੰਦੀ ਹੈ, ਤੇਲ ਆ ਜਾਂਦਾ। 10-15 ਇਹਨੂੰ ਸਪਰੇ ਜਿਹੜੇ ਨਾ ਅਗਲੇ ਲੈਂਦੇ ਨੇ। ਫਸਲ ਜਿਹੜਾ ਮਾਸ਼ਾਅੱਲਾ ਕਾਫੀ ਪਿਆਰੀ ਪਿਆਰੀ ਹੋ ਚੁੱਕੀ ਹੈ। ਨਾਲ ਤੁਸੀਂ ਵੇਖ ਰਹੇ ਹੋ ਦਰਖਤ ਦੇ ਹੇਠ ਖਲੀਏ ਬੈਲ ਗਾਡੀ, ਇਹ ਜੁਆਰ ਦੀ ਕਟਾਈ ਹੋ ਰਹੀ। ਤੇ ਬਾਕੀ ਮੇਰੀ ਵਾਰ ਮੈਂ ਵੀ ਪਹੁੰਚ ਚੁੱਕਾ ਅੰਮੀ ਕੋਲ। ਅੰਮੀ ਦੇ ਵੈਸੇ ਅੱਗੇ ਤਾਂ ਮੈਂ ਨਾਲ ਵਧਾ ਸੂ, ਬਾਕੀ ਇਹਦਾ ਤਿਲਾਂ ਦਾ ਮਾਸ਼ਾਅੱਲਾ ਫਲ ਜਿਹੜਾ, ਫੁੱਲ ਤਾਂ ਕਾਫੀ ਪਿਆਰੇ ਲੱਗ ਰਹੇ ਨੇ ਔਰ ਫਲ ਕਾਫੀ ਜ਼ਿਆਦਾ ਹੈ। ਤੇ ਇਹ ਸਾਡੇ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਬਿਜਾਈ ਹੋ ਚੁੱਕਾ ਹੈ ਕਿਉਂਕਿ ਇਹਨਾਂ ਦਾ ਰੇਟ ਵੀ ਕਾਫੀ ਜ਼ਿਆਦਾ ਹੈ, 3-4 ਹਜ਼ਾਰ ਇਹਨਾਂ ਦਾ ਰੇਟ ਹੈ ਤੇ ਲੱਗ ਰਹੇ। ਤੇ ਇਸ ਵਲੌਗ ਦਾ ਕਰਿੰਦੇ ਪਏ ਥਾਈ ਐਂਡ, ਅਸੀਂ ਜਾ ਰਹੇ ਹਾਂ ਵਾਪਸੀ ਘਰ। ਤੇ ਸੁਬਹਾ ਮਿਲ ਸਕਦੇ ਨਵੇਂ ਵਲੌਗਰ, ਨਵੇਂ ਵਲੌਗ ਤੇ ਤੁਸੀਂ ਮੇਰੀ ਟਿਕਟੋਕ ਦੀ ਆਡੀਅੰਸ ਸਪੋਰਟ ਕਰਨੀ ਬੱਗੀ ਫੈਮਿਲੀ 543, ਔਰ ਮੇਰੇ ਚੈਨਲ ਸਪੋਰਟ ਕਰਨੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕੀਤਾ ਕਰਨਾ। ਸੁਬਹਾ ਨੈਕਸਟ ਮਿਲ ਸਾਂ, ਅੱਲਾ ਹਾਫਿਜ਼।